ਪੁੱਛੀ। ਹਾਂਜੀ ਉਸਤਾਦ ਜੀ। ਤੋ ਹੁਣ ਮੈਨੂੰ ਉਸਤਾਦ ਨਹੀਂ ਬਾਈ ਕਿਹਾ ਕਰ। ਕਿਉਂ? ਕਿਉਂਕਿ ਹੁਣ ਤੂੰ ਵੱਡਾ ਹੋ ਗਿਆ। ਜਿਹਦੇ ਕੋਲੇ ਆਪਣੀ ਫੋਰਸ ਹੁੰਦੀ ਹੈ ਨਾ, ਉਹ ਵੱਡਾ ਹੋ ਜਾਂਦਾ। ਠੀਕ ਆ ਬਾਈ। ਬਾਪੂ ਨੂੰ ਕਹਿ ਰਹੀ ਵੀ ਦੇਖ ਧਰ ਲੈ, ਦੋਵੇਂ ਬਾਈ ਇਕੱਠੇ ਖਾਵਾਂਗੇ। ਠੀਕ ਹੈ। ਟਰੈਕਟਰ ਮਾਣ ਹੁੰਦਾ ਹੈ ਜੱਟ ਦਾ। ਬੋਲ। ਮੰਨਦਾ ਜੀ, ਮੈਂ ਮੰਨਦਾ। ਕੱਲਾ ਮੰਨਦਾ ਕਹਿ ਕੇ ਨਹੀਂ ਸਰਨਾ, ਮੇਰੇ ਨਾਲ ਨਾਲ ਬੋਲ। ਟਰੈਕਟਰ ਮਾਣ ਹੁੰਦਾ ਜੱਟ ਦਾ। ਤੇ ਅਸੀਂ ਬੋਲੀ ਲਵਾਉਂਦੇ ਹਾਂ ਜੱਟਾਂ ਦੇ ਮਾਣ ਦੀ। ਆਖਿਰ ਜਾਂਦਾ ਕਿੱਥੇ ਆ ਸਾਡਾ ਮਾਣ? ਦੱਸ ਮੈਨੂੰ, ਮਾਣ ਕਿੱਥੇ ਜਾਂਦਾ ਸਾਡਾ? ਹਰ ਸ਼ਨੀਵਾਰ ਦਿੱਲੀ ਜਾਂ ਗੰਗਾਨਗਰ ਮਾਰਕੀਟ 'ਚ ਜਾਂਦਾ ਜੀ, ਅਤੇ ਐਤਕੀ ਗੰਗਾਨਗਰ ਜਾਊਗਾ। ਹਾਂ ਬਈ, ਆ ਸੜਕ ਪਿਓ ਦੀ ਆ ਜਾਂ ਮੁੱਲ ਲਈ? ਓਏ ਹੁਣ ਆ ਕਿਹੜਾ ਪਤੰਦਰ ਆ ਗਿਆ ਜਿਹਦੇ ਮੂਹਰੇ ਸਾਡਾ ਸ਼ਿਕਾਰੀ ਕੁੱਤੇ ਵਰਗਾ ਉਸਤਾਦ ਬਿੱਲੀ ਬਣਿਆ ਖੜਾ? ਓਏ ਮੂਸਾ ਜੱਟ ਹੈ, ਬੜਾ ਭੈੜਾ ਹੀ ਏ। ਪਹਿਲੇ ਤਾਂ ਸੰਗੇ ਨੂੰ ਸ਼ਰੇਆਮ ਗੋਲੀਆਂ ਮਾਰਤੇ ਸੀ, ਕਤਲ ਕਰਤਾ ਸੀ ਉਹਦਾ, ਤੇ ਫਿਰ ਉਹਦੇ ਮੁੰਡੇ ਰਾਣੇ ਨੂੰ ਵੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਤਾ, ਤੇ ਦੇਖ ਲੈ ਆਜ਼ਾਦ ਘੁੰਮ ਰਿਹਾ। ਅੱਛਾ। ਹਾਂ। ਓ ਹਾਂ ਬਈ, ਕੋਈ ਕਾਨੂੰਨ ਕਾਨਾਨ ਵੀ ਹੈਗਾ ਜਾਂ ਉਈ ਮੂੰਹ ਚੱਕੀ ਜ਼ਿਮੀਂਦਾਰਾਂ ਦੇ ਟਰੈਕਟਰ ਦੱਬੀ ਫਿਰਦੇ ਹੋ? ਉਹ ਨਾ ਜੀ, ਉਹ ਅਸੀਂ ਤਾਂ ਸਾਰੇ ਟਰੈਕਟਰ ਜਿੱਥੋਂ ਜਿੱਥੋਂ ਲੈ ਕੇ ਆਏ ਹੋ ਨਾ, ਉਹਨਾਂ ਪਿੰਡਾਂ ਦੇ ਗੁਰੂ ਘਰਾਂ ਸਾਹਮਣੇ ਖੜੇ ਕਰ ਦਿਓ। ਠੀਕ ਹੈ ਬਾਈ ਜੀ। ਉਸਤਾਦ, ਗੱਲ ਤਾਂ ਪੂਰੀ ਸੁਣ ਲਿਆ ਕਰ। ਹਰੇਕ ਗੁਰੂ ਘਰ ਦੇ ਵਿੱਚ ਜਾ ਕੇ 1100-1100 ਰੁਪਏ ਦੀ ਦੇਖ ਕਰਵਾ ਦਿਓ। ਠੀਕ ਹੈ ਬਾਈ ਜੀ। ਚੱਲਦੇ ਬਣੋ।